ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੋਜ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਪੁਰਾਣੇ ਜ਼ਮਾਨੇ ਵਿੱਚ ਪ੍ਰਸਿੱਧ ਅਪਰਾਧੀਆਂ ਨੂੰ ਗੁਬੰਦਾਂ ਵਿੱਚ ਕੈਦ ਕੀਤਾ ਜਾਂਦਾ ਸੀ ਜਿੱਥੋਂ ਕੈਦੀ ਲੋਕਾਂ ਨੂੰ ਵੇਖ ਸਕਦੇ ਸਨ ਪਰ ਬਾਹਰਲੇ ਲੋਕ ਉਹਨਾਂ ਨੂੰ ਨਹੀਂ ਸੀ ਵੇਖ ਸਕਦੇ ਗੁਬੰਦਾਂ ਵਿੱਚ ਕੈਦੀਆਂ ਦੇ 도ੜ ਜਾਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਸੀ ਬੰਦੂ ਵਿੱਚ ਕੈਦ ਵਿਅਕਤੀ ਇਕਲਤਾ ਦੇ ਇਕਵੇਂ ਨਾਲ ਨੀਮ پاਗਲ ਹੋ ਜਾਂਦੇ ਸਨ ਅਸਲ ਸਜ਼ਾ ਉਹਨਾਂ ਦਾ ਨੀਮ پاਗਲ ਹੋਣਾ ਹੁੰਦੀ ਸੀ ਜੁੱਧ ਦੌਰਾਨ ਇੱਕ ਅੰਤਰਰਾਸ਼ਟਰੀ ਨਿਯਮ ਹੈ ਕਿ ਜੇਕਰ ਬੱਚੇ ਔਰਤਾਂ ਤੇ ਜ਼ਖਮੀ ਆਤਮ ਸਮਰਪਣ ਕਰਨ ਤਾਂ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਦੀ ਰੱਖਿਆ ਤੇ ਦੇਖਭਾਲ ਦੀ ਜ਼ਿੰਮੇਵਾਰੀ ਉਹਨਾਂ ਨੂੰ ਬੰਦੀ ਬਣਾਉਣ ਵਾਲੇ ਦੇਸ਼ ਦੀ ਹੁੰਦੀ ਹੈ ਆਪਣੀ ਪਸੰਦ ਦੇ ਲੇਖਕ ਨੂੰ ਪੜ੍ਹਦੇ ਹਾਂ ਇੰਜ ਲੱਗਦਾ ਹੈ ਜਿਵੇਂ ਪੜਨ ਦੇ ਨਾਲ ਨਾਲ ਅਸੀਂ ਉਸ ਨੂੰ ਸੁਣ ਵੀ ਰਹੇ ਹਾਂ ਇਹ ਗੁੱਝੀ ਆਵਾਜ਼ ਸ਼ੈਲੀ ਖਵਾਉਂਦੀ ਹੈ ਲੇਖਕ ਭਾਵੇਂ ਸਭ ਕੁਝ ਲੁਕਾ ਕੇ ਰੱਖੇ ਪਰ ਉਸ ਦੀ ਸ਼ੈਲੀ ਸਭ ਕੁਝ ਦੱਸ ਦਿੰਦੀ ਹੈ ਸ਼ੈਲੀ ਉਸ ਪਛਾਣ ਨੂੰ ਕਹਿੰਦੇ ਹਨ ਜੇ ਕਿਸੇ ਕਿਤਾਬ ਦਾ ਇੱਕ ਪੰਨਾ ਲੱਭੇ ਜਿਸ ਤੇ ਕੋਈ ਸਿਰਲੇਖ ਨਾ ਹੋਵੇ ਤਾਂ ਵੀ ਇੱਕ ਪੈਰਾ ਪੜ੍ਹ ਕੇ ਦੱਸਿਆ ਜਾ ਸਕਦਾ ਹੈ ਕਿ ਇਹ ਉਸ ਲੇਖਕ ਦਾ ਲਿਖਿਆ ਹੋਇਆ ਹੈ ਵਾਰਤਕਾਰ ਕਈ ਹੁੰਦੇ ਹਨ ਸ਼ੈਲੀਕਾਰ ਕੋਈ ਕੋਈ ਹੁੰਦਾ ਹੈ ਸ਼ੈਲੀਕਾਰ ਆਪਣੀ ਸ਼ੈਲੀ ਰਾਹੀਂ ਪਛਾਣਿਆ ਜਾਂਦਾ ਹੈ ਉਹ ਆਪਣੀ ਸ਼ੈਲੀ ਰਾਹੀਂ ਪ੍ਰਭਾਵਿਤ ਕਰਦਾ ਹੈ ਧਾਰਮਿਕ ਵਿਰਤੀ ਵਾਲੇ ਲੋਕਾਂ ਦਾ ਜੀਵਨ ਅਕਸਰ ਵਿਦੇਰੇ ਨੇਮਬੱਧ ਹੁੰਦਾ ਹੈ ਜੀਵਨ ਨੇਮਬੱਧ ਹੋਣ ਕਾਰਨ ਅਜਿਹੇ ਲੋਕ ਘੱਟ ਬਿਮਾਰ ਪੈਂਦੇ ਹਨ ਘੱਟ ਗੈਰਹਾਜ਼ਰ ਹੁੰਦੇ ਹਨ ਘੱਟ ਤਣਾਅ ਵਿੱਚ ਰਹਿੰਦੇ ਹਨ ਇਹਨਾਂ ਕੋਲ ਭਾਵੇਂ ਆਰਥਿਕ ਵਸੂਲੇ ਬਹੁਤੇ ਨਹੀਂ ਹੁੰਦੇ ਔਰ ਇਹਨਾਂ ਕੋਲ ਜੀਵਨ ਦੀ ਤਸੱਲੀ ਵਧੇਰੇ ਹੁੰਦੀ ਹੈ ਇਹਨਾਂ ਨੂੰ ਆਪਣੇ ਜੀਵਨ ਦੇ ਮੁੱਲਵਾਨ ਹੋਣ ਦਾ ਭਰੋਸਾ ਹੁੰਦਾ ਹੈ ਇਹ ਹੋਰਾਂ ਬਾਰੇ ਚੰਗਾ ਚੰਗਾ ਸੋਚਦੇ ਹਨ ਇਹ ਟੈਂ ਦੀ ਕਲਾ ਦਾ ਸ਼ਿਕਾਰ ਨਹੀਂ ਹੁੰਦੇ ਇਹ ਵਧੇਰੇ ਭਰੋਸੇਯੋਗ ਹੁੰਦੇ ਹਨ ਜਦੋਂ ਮੁੰਡੇ ਆਪਸ ਵਿੱਚ ਲੜਨ ਲੱਗ ਪੈਣ ਤਾਂ ਉਹ ਬੱਚੇ ਨਹੀਂ ਰਹਿੰਦੇ ਜਦੋਂ ਉਹ ਕਿਸੇ ਕੁੜੀ ਪਿੱਛੇ ਲੜਨ ਤਾਂ ਉਹ ਗੱਬਰੂ ਬਣ ਜਾਂਦੇ ਹਨ ਮੁੰਡੇ ਜੇ ਲੜਨ ਨਾ ਤਾਂ ਉਹਨਾਂ ਵਿੱਚ ਹੌਸਲਾ ਤੇ ਦਲੇਰੀ ਨਹੀਂ ਉਪਜਦੀ ਲੜਨ ਪੜਨ ਵਾਸਤੇ ਉਹ ਕਈਆਂ ਨੂੰ ਦੁਸ਼ਮਣ ਅਤੇ ਕਈਆਂ ਨੂੰ ਦੋਸਤ ਬਣਾਉਂਦੇ ਹਨ ਅਤੇ ਕਈਆਂ ਦੇ ਦੁਸ਼ਮਣ ਬਣ ਜਾਂਦੇ ਹਨ ਆਪਣੀ ਤਾਕਤ ਵਧਾਉਣ ਵਾਸਤੇ ਇਹ ਟੋਲੇ ਬਣਾ ਲੈਂਦੇ ਹਨ ਜਦੋਂ ਤੱਕ ਵਿਆਹ ਨਹੀਂ ਹੁੰਦਾ ਇਹ ਸਮੱਸਿਆਵਾਂ ਵਿੱਚ ਉਪਜਾਉਂਦੇ ਰਹਿੰਦੇ ਹਨ ਫਿਰ ਇਹ ਵਿਆਹ ਦੀਆਂ ਸਮੱਸਿਆਵਾਂ ਵਿੱਚ ਉਲਝ ਜਾਂਦੇ ਹਨ ਵਪਾਰ ਵਿੱਚ ਰਾਜਨੀਤੀ ਵਿੱਚ ਜੀਵਨ ਦੇ ਹਰੇਕ ਖੇਤਰ ਵਿੱਚ ਸਮਾਂ ਬੜਾ ਮਹੱਤਵਪੂਰਨ ਪੱਖ ਹੁੰਦਾ ਹੈ ਇਹ ਮਿਤਾਹਾਨਾ ਦੇ ਮਹੀਨਿਆਂ ਵਿੱਚ ਫਿਲਮ ਰਿਲੀਜ਼ ਨਹੀਂ ਕੀਤੀ ਜਾਂਦੀ ਤਿਹਾਰਾਂ ਦੇ ਮੌਸਮ ਵਿੱਚ ਕੋਈ ਮੈਚ ਨਹੀਂ ਵੇਖਦਾ ਮੀਹਾਂ ਦੇ ਮੌਸਮ ਵਿੱਚ ਸਮਾਗਮ ਨਹੀਂ ਕੀਤੇ ਜਾਂਦੇ ਸੋਮਵਾਰ ਕੋਈ ਸਮਾਗਮ ਕਰਨ ਵਿੱਚ ਇਸ ਲਈ ਮੁਸ਼ਕਲ ਆਉਂਦੀ ਹੈ ਕਿ ਪਿਛਲਾ ਦਿਨ ਐਤਵਾਰ ਅਤੇ ਛੁੱਟੀ ਹੋਣ ਕਰਕੇ ਠੀਕ ਤਿਆਰੀ ਹੀ ਨਹੀਂ ਹੋਈ ਹੁੰਦੀ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਅਕਸਰ ਕਿਸੇ ਵਿਚਾਰ ਲਈ ਦਿਨ ਅਰੰਭ ਹੁੰਦੀਆਂ ਹਨ ਨਵੇਂ ਆਕਾਰਾਂ ਸਕੂਟਰ ਰਾਤ ਨਵੰਬਰ ਦਸੰਬਰ ਵਿੱਚ ਨਹੀਂ ਵਿਕਦੇ ਕਿਉਂਕਿ ਮਗਰੋਂ ਵੇਚਣ ਵੇਲੇ ਪਿਛਲੇ ਸਾਲ ਦਾ ਮਾਡਲ ਗਿਨੇ ਜਾਂਦੇ ਹਨ ਯੂਨੀਵਰਸਿਟੀਆਂ ਕਾਲਜਾਂ ਵਿੱਚ ਪੁਸਤਕ ਪ੍ਰਦਰਸ਼ਨੀਆਂ ਮਹੀਨੇ ਦੇ ਪਹਿਲੇ ਅੱਧ ਵਿੱਚ ਲੱਗਦੀਆਂ ਹਨ ਮਗਰਲੇ ਦਿਨਾਂ ਵਿੱਚ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ ਦੀਵਾਲੀ ਲੰਘਣ ਉਪਰੰਤ ਗਹਿਣਿਆਂ ਜਾਂ ਕੱਪੜਿਆਂ ਜਾਂ ਖਾਣ ਪੀਣ ਦੇ ਸਾਮਾਨ ਦੀ ਦੁਕਾਨ ਖੋਲਣੀ ਮੂਰਖਤਾ ਹੁੰਦੀ ਹੈ ਹਫਤੇ ਦੇ ਕੰਮਕਾਜੀ ਦਿਨਾਂ ਵਿੱਚ ਵਿਆਹ ਦੇ ਸਮਾਗਮ ਵਿੱਚ ਬਹੁਤੀ ਹਾਜ਼ਰੀ ਨਹੀਂ ਹੁੰਦੀ ਵਾਈ ਜਹਾਜ਼ ਦੀ ਕਾਰਡ ਕੱਟਣ ਵਾਲੇ ਰਾਈਟ ਭਰਾ ਪਾਦਰੀ ਪਿਤਾ ਵੱਲੋਂ ਦੌਰਿਆਂ ਤੋਂ ਮੁੜਦਿਆਂ ਲਿਆਂਦੇ ਖਡੌਣਿਆਂ ਦੀ ਕਾਰਗੁਜ਼ਾਰੀ ਨੂੰ ਨਿਰਖਦੇ ਪਰਖਦੇ ਸਨ ਉਹ ਖਡੌਣਿਆਂ ਦੇ ਪੁਰਜ਼ਿਆਂ ਨੂੰ ਵੱਖ ਕਰਕੇ ਮੁੜ ਜੋੜਿਆ ਕਰਦੇ ਸਨ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਛੋਟੀ ਜਹੀ ਵਰਕਸ਼ਾਪ ਬਣਾਈ ਹੋਈ ਸੀ ਉਨ੍ਹਾਂ ਨੇ ਉਚੇਰੀ ਪੜਾਈ ਨਹੀਂ ਸੀ ਕੀਤੀ ਉਹ ਲੋੜ ਨੂੰ ਮੁੱਖ ਰੱਖ ਕੇ ਮਸ਼ੀਨਾਂ ਬਣਾਉਂਦੇ ਸਨ ਪਹਿਲਾਂ ਸਾਈਕਲਾਂ ਦਾ ਇੱਕ ਪਹੀਆ ਵੱਡਾ ਤੇ ਦੂਜਾ ਪਹੀਆ ਛੋਟਾ ਹੋਇਆ ਕਰਦਾ ਸੀ। ਇਹਨਾਂ ਭਰਾਵਾਂ ਨੇ ਇੱਕੋ ਜਿਹੇ ਦੋਵੇਂ ਪਹੀਆਂ ਵਾਲੀਆਂ ਸਾਈਕਲਾਂ ਬਣਾਈਆਂ। ਇਹ ਸਾਈਕਲਾਂ ਪ੍ਰਵਾਨ ਹੋਈਆਂ। ਇਹਨਾਂ ਨੇ ਸਾਈਕਲਾਂ ਦੀ ਫੈਕਟਰੀ ਖੋਲੀ। ਸਾਈਕਲ ਦੌੜਾਂ ਦੇ ਮੁਕਾਬਲੇ ਕਰਵਾਏ। ਇਹਨਾਂ ਨੇ ਪੰਛੀਆਂ ਦਾ ਅਧਿਐਨ ਕੀਤਾ। ਪਹਿਲਾਂ ਗਲਾਈਡਰ ਬਣਾਏ। ਪ੍ਰਯੋਗ ਕਰਦੇ ਕਰਦੇ ਇਹ ਹਵਾਈ ਜਹਾਜ਼ਾਂ ਦਾ ਨਿਰਮਾਣ ਕਰਨ ਵਿੱਚ ਸਫਲ ਹੋਏ ਸਨ। ਹਵਾਈ ਜਹਾਜ਼ ਦੀ ਕਾਢ ਨੇ ਮਨੁੱਖ ਦੀ ਸੋਚ ਅਤੇ ਅਨੁਭਵ ਵਿੱਚ ਕ੍ਰਾਂਤੀ ਲੈ ਆਂਦੀ ਸੀ ਜਿਹੜੇ ਪਿਤਾ ਆਪਣੇ ਬੱਚਿਆਂ ਦੇ ਦੋਸਤ ਬਣਨ ਦਾ ਯਤਨ ਕਰਦੇ ਹਨ ਉਹਨਾਂ ਦੀ ਸੰਤਾਨ ਪਿਤਾ ਵਾਲੇ ਗੁਣ ਧਾਰ ਨਹੀਂ ਕਰਦੀ ਕਮਜ਼ੋਰੀਆਂ ਅਪਣਾ ਲੈਂਦੀ ਹੈ ਆਪਣੇ ਬੱਚਿਆਂ ਦੇ ਦੋਸਤ ਬਣਨ ਦੀ ਪਿਤਾ ਦੀ ਸੋਚ ਹੀ ਗਲਤ ਹੈ ਪਿਤਾ ਪੁੱਤਰ ਦੇ ਬਰਾਬਰ ਹੁੰਦਾ ਨਹੀਂ ਬਰਾਬਰ ਹੋਣ ਦਾ ਨਾਟਕ ਕਰਦਾ ਹੈ ਅਜਿਹਾ ਕਰਦਿਆਂ ਸਾਰੇ ਫੈਸਲੇ ਪਿਤਾ ਹੀ ਕਰੀ ਜਾਂਦਾ ਹੈ ਜਿਸ ਕਾਰਨ ਬੱਚਿਆਂ ਵਿੱਚ ਸਵੈ ਵਿਸ਼ਵਾਸ ਨਹੀਂ ਉਪਜਦਾ। ਦੋਸਤ ਬਣਦਾ ਬਣਦਾ ਪਿਤਾ ਪਿਤਾ ਵੀ ਨਹੀਂ ਰਹਿੰਦਾ। ਪਿਤਾ ਨੂੰ ਇੱਕ ਚੰਗਾ ਪਿਤਾ ਸਾਬਤ ਹੋਣਾ ਚਾਹੀਦਾ ਹੈ। ਨਿਮਰ ਪਰ ਦ੍ਰਿੜ ਇਰਾਦੇ ਵਾਲਾ, ਫੈਸਲੇ ਕਰਨ ਵਾਲਾ, ਵਾਅਦਾ ਨਿਭਾਉਣ ਵਾਲਾ, ਅਗਵਾਈ ਦੇਣ ਵਾਲਾ। ਦੋਸਤੀ ਦਾ ਕਾਰਜ ਪੁੱਤਰਾਂ ਦੇ ਦੋਸਤਾਂ ਅਤੇ ਧੀਆਂ ਦੀਆਂ ਸਹੇਲੀਆਂ ਨੂੰ ਨਿਭਾਉਣ ਦੇਣਾ ਚਾਹੀਦਾ ਹੈ। ਜਿੱਥੇ ਅਤੇ ਜਿੰਨਾ ਕਾਨੂੰਨਾਂ ਪਿੱਛੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਾਕਤ ਅਤੇ ਦ੍ਰਿੜਤਾ ਨਹੀਂ ਹੁੰਦੀ ਉੱਥੇ ਹਾਲਤ ਭਾਰਤ ਵਰਗੀ ਹੁੰਦੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਝੌਤੇ ਲਾਗੂ ਹੀ ਨਹੀਂ ਹੁੰਦੇ। ਇਕਰਾਰਨਾਮੇ ਰੋਲ ਜਾਂਦੇ ਹਨ। ਕਈ ਬੈਂਕ ਤੋਂ ਕਰਜ਼ਾ ਲੈ ਕੇ ਵਾਪਸ ਨਹੀਂ ਕਰਦੇ। ਨਜਾਇਜ਼ ਕਬਜ਼ੇ ਹੁੰਦੇ ਹਨ। ਬਲਾਤਕਾਰ ਵਾਪਰਦੇ ਹਨ। ਹਰ ਕੋਈ ਆਪਣੇ ਵਿਰੋਧੀ ਦਾ ਕਤਲ ਕਰਨ ਬਾਰੇ ਸੋਚਦਾ ਹੈ। ਹਾਕਮ ਆਪ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਅੰਗਰੇਜ਼ੀ ਕਿਆਂ ਵਿੱਚ ਕਿਰੇ ਹਾਕਮ ਦੇਸ਼ ਅਤੇ ਸਮਾਜ ਦੀ ਅਸਲੀ ਸਥਿਤੀ ਤੋਂ ਜਾਣੂ ਹੀ ਨਹੀਂ ਹੁੰਦੇ ਪਰਵਰਤਨ ਕੋਈ ਨਹੀਂ ਵਾਪਰਦਾ ਭਾਸ਼ਣ ਅਤੇ ਐਲਾਨ ਬੇਸ਼ੁਮਾਰ ਹੁੰਦੇ ਹਨ ਡਾਰਵਿਨ ਨੇ ਸਾਬਤ ਕੀਤਾ ਸੀ ਕਿ ਤਕੜਾ ਹੀ ਬਚੇਗਾ ਹੁਣ ਇਸ ਨੇਮ ਵਿੱਚ ਸੁਧਾਰ ਵਾਪਰਿਆ ਹੈ ਨਵਾਂ ਨੇਮ ਕਹਿੰਦਾ ਹੈ ਉਹ ਬਚੇਗਾ ਜੋ ਸਹਿਕਾਰੀ ਢੰਗ અપਨਾਏਗਾ ਮੁਕਾਬਲਾ ਨਹੀਂ ਸਹਿਯੋਗ ਜਿੱਤੇਗਾ ਕਿਉਂਕਿ ਸਾਡੇ ਸਰੀਰ ਵਿੱਚ ਕੁਦਰਤ ਵਿੱਚ ਅਨੇਕਾਂ ਪ੍ਰਣਾਲੀਆਂ ਹਨ ਜਿਹੜੀਆਂ ਇੱਕ ਦੂਜੀ ਨੂੰ ਸਹਿਯੋਗ ਦਿੰਦੀਆਂ ਹਨ ਸਰੀਰ ਇਸ ਲਈ ਚੱਲਦਾ ਹੈ ਕਿਉਂਕਿ ਇਸ ਵਿੱਚ ਕਈ ਪ੍ਰਣਾਲੀਆਂ ਦੀ ਸਹਿ ਹੋਣ ਦੀ ਨਹੀਂ ਤਾਲਮੇਲ ਵੀ ਹੈ ਹੁਣ ਵੱਡੀਆਂ ਕੰਪਨੀਆਂ ਵੀ ਮੁਕਾਬਲੇ ਦੀ ਥਾਂ ਸਹਿਯੋਗੀ ਵਿਧੀ ਅਪਣਾਉਣ ਲੱਗ ਪਈਆਂ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ